अस्सलाम वालेकुम दोस्तों, मैं तुहाडा आपदा इब्राहिम जंगाला। दोस्तों यार तुसी टिकटॉक लाइव तो चला लईए ऑक सॉक ने, एक बड़ा वड्डा मसला हुंदा होता तुहानू ही ते सानू ही, भला केड़ा कि साड़ी एज वेरीफिकेशन का ही नहीं, असी आपदी बराड़ खोल के किसे अल जा नहीं सकदे, मतलब किसे दी बराड़ ते बह सकने पर लाइव नहीं से आप चला सकदे। आ निक्का जिहा हालत, मोटा जिहा हालत, बस इहां चौं पंजां मिंट सत्तां मिंट दी गेम है। तुहानू हुणे दस्सने के करना है, किवें एज वेरीफिकेशन बनावनी है, सारा क्लीयर कर दिंदा मौलवी साहब। शुरू करा, बिस्मिल्लाह पढ़ो जी। सब तो पहले आपां टिकटॉक ओपन कर लेनी है। बिल्कुल, उस तो बाद असां क्रास लगे जाना, यानी कि लाइव आंदा है जित्थों, मतलब असीं वीडियो अपलोड करना है तो फिर अगर लाइव ते जाने हैं उत्थे आके असां लाइव ते आ जाना। बिल्कुल, वो लाइव ते आपां क्लिक कर देना, कन्फर्म करना है, लिखिया योर नीड यू नीड टू बी 18 ईयर्स एंड ओल्ड टू के ये आंदा है भाई 18 साल तू वड्डी उम्र दा, यानी कि बंदा लाइव बाय सकदा, छोटी उम्र दा बंदा नहीं बाय सकदा। मेरी आफदी नहीं 18 साल, मैं क्यों बांधा मोर मेरे वजह तो बांधा ना। अच्छा एदा एक है, इन भाइयों ने सवाल करना है भाई साड़ी उम्र थोड़ी है, अस तो बाय नहीं सकते, असा हुण यानी कि आईडी कार्ड कहीं दा यूज करिए। बिल्कुल, तुसी अपने वड्डे भाई दा कर सकदे हो, अपने वालिद साहब दा कर सकदे हो। नहीं, वालिद दा नहीं, वालिद आला कूड़े, क्योंकि वालिद कभी नहीं किसी ने इजाजत देता, इजाजत देता अभी स्क्रीन रिकॉर्डर ही लाना सी, वालिद नहीं किसी ने इजाजत देता। किना वालिद बड़े चंगे ही होते मुड़, उन्हें शोधन पता होता, जो साढ़े जट्टा के वालिद आते ना वह ये नहीं आते कि साढ़े पोत्र इस काम में बने ना, वो आते डोरों की करन घर का करन जेड़ा ही इस कुत्ते काम में ना बने। नहीं यार, एक बंद को जिस बंद को जिस ज्यादा टैलेंट है ना, उन्होंने जामन दियो, उन्होंने करण दियो। हर हर माँ प्यो न मैं मतलब कि अपील करें ना, ਤੁਹਾਡਾ ਮੁੰਡਾ ਜਿਹੜਾ ਕੰਮ ਮਤਲਬ ਉਹਦੇ ਕੋਲ ਸੋਸ਼ਲ ਮੀਡੀਆ ਸ਼ੌਂਕ ਨਾਲ ਕਰਦਾ ਨੂੰ ਕਰਨ ਦਿਓ, ਉਹਦੇ ਹੀ ਬਿਹਤਰੀ ਹੋ ਸੀ। ਅੱਛਾ ਉਸ ਤੋਂ ਦੂਸਰਾ ਨੰਬਰ ਇਹ ਨਾ ਆਪਣਾ ਜਿਹੜਾ ਯਾਨੀ ਕਿ ਲਾਈਵ 'ਤੇ ਬੰਦ ਹੈ ਨਾ, ਉਹਨਾਂ ਦੀ ਉਮਰ ਥੋੜ੍ਹੀ ਹੁੰਦੀ ਹੈ, ਉਹਨਾਂ ਦੀ ਮੋਸ਼ ਵਗੈਰਾ ਨਹੀਂ ਲੱਗ ਹਾਂ ਆਈ ਜਾਂਦੀ। ਬਿਲਕੁਲ, ਕੋਈ ਆਈ ਲਾਈਵ 'ਤੇ ਆ ਸਕਣਾ ਤਾਂ ਉਹਨਾਂ ਦੀ ਲਾਈਫ ਫਿਰ ਬੈਨ ਹੋ ਜਾਸੀ। ਮਤਲਬ ਕਿ ਉਹ ਬੰਦਾ ਪਵੇ ਜਿਵੇਂ ਮੇਰੀ ਮੁੱਛਣ ਮੋਛ ਵਾਲਾ ਬੰਦਾ ਪਵੇ, ਅਗਰ ਦਾੜੀ ਵਾਲਾ ਬੰਦਾ ਪਵੇ ਜਾਂ ਉਹਦੀ ਦਾੜੀ ਮੁੱਛ ਲਓ ਬਹਿ ਬਹਿਣਾ ਚਾਹੁੰਦਾ ਤੇ ਉਹ ਮਤਲਬ ਕਿ ਨਾ ਨਕਲੀ ਫੇਸ ਤੇ ਮਾਕਸ ਚਾੜ ਲਵੇ ਜਾਂ ਨਕਲੀ ਮੁੱਛਾਂ ਲੈ ਲਵੇ, ਮੁੱਛ ਹੋਣੀ ਜ਼ਰੂਰੀ ਹੈ ਲਾਈਵ 'ਤੇ ਇੱਕ ਹੀ ਨੇ। ਅਤੇ ਦੂਸਰੇ ਨੰਬਰ 'ਤੇ ਮਤਲਬ ਕਿ ਅਸੀਂ ਲਾਈਵ 'ਤੇ ਬਣਨੇ ਤਾਂ ਅਸੀਂ ਖੁੱਲ੍ਹੀ ਗੱਲ ਗੱਪ ਮਾਰੋ, ਪਰ ਹੇਕ ਕੇ ਲਾਈਵ 'ਤੇ ਬਹਿ ਕੇ ਸਿਰਗੜ ਨਹੀਂ ਪੀਣੀ, ਸਮੋਕਿੰਗ ਵਿੱਚ ਨਹੀਂ ਆਉਣੀ ਚਾਹੀਦੀ। ਬਿਲਕੁਲ, ਦੂਜਾ ਨੰਬਰ 'ਤੇ ਮਤਲਬ ਹੈ ਕਿ ਸ਼ਰਾਬ ਵਗੈਰਾ ਅੱਲਾ ਮਾਫੀ ਦੇ ਨਾ ਹੀ ਜੇ ਬੰਦੇ 'ਤੇ ਲੱਗੀ ਇਹ ਕੰਮ 'ਤੇ ਨਾ ਲੱਗੇ, ਪਰ ਨਾ ਇਹ ਕੰਮ ਵੀ ਉੱਤੇ ਲਾਈਵ 'ਤੇ ਬਹਿ ਕੇ ਨਹੀਂ ਕਰਨਾ, ਔਰ ਹੀ ਬੈਨ ਹੋ ਜਾਂਦੀ ਬੈਨ ਹੋ ਜਾਂਦੀ 2 ਸੈਕਿੰਡ ਲੱਗਦੇ ਹਨ ਸਿਰਫ ਇੰਝ ਗੱਲ। ਹੁਣ ਮਲਕੂ ਦਾ ਗਾਣਾ ਆਇਆ ਨੱਕ ਦਾ ਕੋਕਾ ਡੱਠਰ ਤੋਕਾ, ਉਹਦੇ ਵਿੱਚ ਉਹ ਮਲਕੂ ਅਤੇ ਉਹ ਨਾਲ ਕੀ ਐਕਟਰ ਜਿਹੜੀ ਹੈ ਉਹ ਨਾ ਇੱਕ ਹੁੰਦਾ ਦਾਣਾ ਜਿਹਾ ਸਮੋਕਿੰਗ ਵਾਲਾ ਮੂੰਹ ਗੱਤੇ ਵੀ ਧੂੰਆਂ ਨਿਕਲਦਾ ਜਲ ਬੁਲੇਂਦੇ, ਉਹ ਮੈਂ ਲਾਈਵ 'ਤੇ ਬੈਠਾ ਤਾਂ ਮੈਂ ਲਾਈਵ 'ਤੇ ਚਲਾਈ ਬੈਠਾ ਗਾਣਾ, ਦੱਸਤੀ ਮੇਰੇ ਕੋਲ 23 ਮਿੰਟਾਂ ਦੀ ਸਟ੍ਰਾਈਕ ਆ ਗਈ, ਮਤਲਬ 23 ਮਿੰਟਾਂ ਬਾਅਦ ਬੈਨ ਹੋ ਜਾਂਦੀ ਲਾਈਵ, 23 ਮਿੰਟਾਂ ਬਾਅਦ ਤੇਰੀ ਲਾਈਵ ਓਪਨ ਹੋ ਸੀ, ਨਹੀਂ ਤਾਂ ਤੂੰ ਲਾਈਵ ਨੂੰ ਚਲਾ ਸਕਦਾ, ਇਹ ਇਤਿਹਾਸ ਜ਼ਰੂਰੀ ਤੁਹਾਨੂੰ ਪਹਿਲੇ ਦੱਸਿੰਦੇ ਪੈ। ਤਾਂ ਸ਼ੁਰੂ ਕਰੀਏ, ਤੀਸਰਾ ਆਪਸ਼ਨ ਕੀ ਆ, ਤੀਸਰਾ ਸ਼ੁਰੂ ਕਰ। ਹਾਂ, ਇੱਕ ਤੀਸਰਾ ਆਪਸ਼ਨ ਇਹ ਵੀ ਹੈ, ਮਤਲਬ ਕਿ ਜੇ ਤੁਸੀਂ ਏਜ ਵੈਰੀਫਿਕੇਸ਼ਨ ਦੇ ਲਈ ਸੋ ਤੁਹਾਡੀ ਕਲੀਅਰ ਹੋ ਗਈ ਸੀ ਅਤੇ ਤੁਸੀਂ ਆਖਣਾ ਯਾਰ ਹੁਣ ਹੁੰਦੀ ਨਹੀਂ ਪਈ, ਸ਼ੋ ਨਹੀਂ ਹੁੰਦੀ ਵੀ ਨਾ, ਤਕਰੀਬਨ ਇਹਦੇ ਵਿੱਚ 2 ਦਿਨ ਹੀ ਲੱਗ ਸਕਦੇ ਹਨ, 3 ਦਿਨ ਹੀ ਲੱਗ ਸਕਦੇ ਹਨ, 4 ਦਿਨ ਵੀ ਲੱਗ ਸਕਦੇ, ਖੁਦ ਬਖੁਦ ਆਪਸ਼ਨ ਆ, ਖੁਦ ਬਖੁਦ ਆਪਸ਼ਨ ਆ, ਉੱਥੇ ਟਾਈਮ ਦੇ ਸੀ ਜਾਂ ਹਫ਼ਤਾ ਹੀ ਲੱਗ ਸਕਦਾ, ਪਰੇਸ਼ਾਨ ਨਹੀਂ ਹੋਣਾ, 2-4 ਦਿਨ ਵੇਟ ਕਰ ਲੈਣੀ, ਇਨਸ਼ਾਅੱਲਾ ਤੁਹਾਡੀ ਅੱਜ ਵੈਰੀਫਿਕੇਸ਼ਨ ਕਲੀਅਰ ਹੋ ਜਾਸੀ, ਦੌੜਾ ਪੱਟੀ ਰੱਖਿਆ, ਠੀਕ ਹੋ ਗਿਆ, ਸ਼ੁਰੂ ਕਰੀਏ, ਸ਼ੁਰੂ ਕਰ। ਅੱਛਾ ਕਨਫਰਮ ਕਰਦੇ ਹੋਣਾ ਇੱਥੇ ਸਕਰੀਨ ਰਿਕਾਰਡ ਤੁਸੀਂ ਸਾਰੀ ਮਤਲਬ ਕਿ ਵੇਖੀ ਆਉਣੀ ਹੈ ਜੇ ਜੇ ਕਰਨਾ ਅਤੇ ਜੇ ਜੇ ਨਹੀਂ ਕਰਨਾ। ਕਨਫਰਮਿੰਗ ਤੋਂ ਬਾਅਦ ਇਹ ਲਿਖਦਾ ਆਪਣਾ ਵਾਟ ਯੂ ਆਰ ਡੇਟ ਆਫ ਬਰਥ, ਉਹਨਾਂ ਤੁਹਾਡੀ ਡੇਟ ਆਫ ਬਰਥ ਕੀ ਹੈ ਉਹ ਦਿਓ, ਕਿਉਂਕਿ ਬਾਈ ਹੁੰਦਾ ਤਾਂ ਆਪਣਾ ਆਈਡੀ ਕਾਰਡ ਹੈ ਨਹੀਂ, ਮੇਰਾ ਸ਼ਨਾਖਤੀ ਕਾਰਡ ਹੀ ਕੋਈ ਨਹੀਂ, ਮੇਰੀ ਉਮਰ ਹੀ ਥੋੜ੍ਹੀ ਹੈ, ਅਤੇ ਮੈਂ ਜਿਹੜਾ ਯੂਜ਼ ਕੀਤਾ ਮੈਂ ਆਪਣੇ ਬਾਈ ਦਾ ਯੂਜ਼ ਕੀਤਾ, ਫੋਟੋ ਵੀ ਸਿੱਧਾ ਅਲੱਗ ਸੀ, ਤੁਹਾਨੂੰ ਸਾਰਾ ਕਲੀਅਰ ਵਿਖਾਉਂਦੇ ਫੋਟੋ ਵੀ, ਜਿਹੜੀ ਸ਼ਨਾਖਤੀ ਕਾਰਡ ਅਤੇ ਡੇਟ ਆਫ ਬਰਥ ਹਰ ਸ਼ੈ ਕਲੀਅਰ, ਮਤਲਬ ਇਹ ਤੁਸੀਂ ਦੇਣਾ ਜਿਸ 'ਤੇ ਹੀ ਆਪਣਾ ਯਾਨੀ ਕਿ ਜਿਹਦਾ ਹੀ ਆਈਡੀ ਕਾਰਡ ਤੁਸੀਂ ਯੂਜ਼ ਕਰਨਾ ਨਾ, ਤੁਸੀਂ ਉਸੇ ਦੀ ਡੇਟ ਆਫ ਬਰਥ ਯੂਜ਼ ਕਰਨੀ ਜਿਹੜੇ ਆਈਡੀ ਕਾਰਡ 'ਤੇ ਹੈ। ਹਾਂ, ਆਪਣੀ ਮੋੜ ਫਿਰ ਯੂਜ਼ ਨਹੀਂ ਕਰਨੀ ਇੱਥੇ ਲਾਈਵ, ਬਿਲਕੁਲ ਇੰਨੀ ਗੱਲ ਇੱਥੇ ਅਸਾਂ ਆ ਗਏ ਮੇਰੇ ਸਤੰਬਰ ਆ ਜਾ ਉਹ ਸ਼ਨਾਖਤੀ ਕਾਰਡ ਜਿਹੜਾ ਮੈਂ ਯੂਜ਼ ਕਰਨਾ ਉਸ ਤੋਂ ਡੇਟ ਆਫ ਬਰਥ ਵੇਖ ਕੇ ਤੁਸੀਂ ਉਹ ਦੇਣੀ, ਉਸੇ ਦਾ ਫੋਟੋ ਵੀ ਲੱਗ ਸੀ, ਬੰਦੇ ਦਾ ਹੀ ਫੋਟੋ ਲੱਗ ਸੀ, ਸਾਰਾ ਕੁਝ ਅਸੀਂ ਲਾਉਣਾ ਪੈਂਦਾ, ਸਾਰਾ ਕਹੀਂ ਕਲੀਅਰ ਕਰਕੇ ਵੀ ਖਾਂਦੇ। ਇਹ ਮੇਰੀ ਡੇਟ ਆਫ ਬਰਥ ਮੈਂ ਸੈੱਟ ਕਰ ਲਈ ਹੈ, ਨੈਕਸਟ ਬਾਅਦ ਇਹ ਆਪਸ਼ਨ ਆ ਰਿਹਾ ਹੈ ਫੈਸਲ ਕੋਈ ਆਈਡੀ ਹੈ, ਫੈਸਲ ਕੋਈ ਲਿਖਿਆ ਪਿਆ ਨਹੀਂ, ਅਸਾਂ ਨਾ ਉਹ ਫੈਸਲਾ ਸ਼ੈਸਲ 'ਤੇ ਨਹੀਂ ਜਾਣਾ, ਅਸਾਂ ਨਾ ਸੈਲਫੀ ਵਿਦ ਆਈਡੀ 'ਤੇ ਕੁਲੈਕਟ ਕਰਨਾ, ਠੀਕ ਹੋ ਗਿਆ।
ਅਸੀਂ ਇੱਥੇ ਕੰਟਰੀ ਸਿਲੈਕਟ ਕਰ ਲੈਣੀ ਸੀ ਜਿਹੜੇ ਜਿਹੜੇ ਯਾਨੀ ਕਿ ਤੁਸੀਂ ਕਿ ਕੋਈ ਇੰਡੀਆ ਦਾ ਕੋਈ ਪਾਕਿਸਤਾਨ ਦਾ ਕੋਈ ਜਿਹਦਾ ਫਰੰਟ ਆਫ ਯੂਅਰ ਆਈਡੀ ਕਾਰਡ ਬੈਕ ਆਫ ਯੂਅਰ ਆਈਡੀ ਕਾਰਡ ਯਾਨੀ ਮਤਲਬ ਕਿ ਆਖਣ ਦਾ ਮਤਲਬ ਇਹ ਇੱਕ ਸ਼ਨਾਖਤੀ ਕਾਰਡ ਦਾ ਫੋਟੋ ਸਿੱਧ ਹੋਵੇ ਇੱਕ ਬੈਕ ਸਾਈਡ ਪੁੱਠ ਹੋਵੇ ਦੋ ਫੋਟੋ ਉਹਨਾਂ ਨੂੰ ਇੱਥੇ ਭੇਜਣੇ ਅਗਰ ਕਿਸੇ ਬਾਈ ਕੋਲੋਂ ਫੋਟੋ ਮੋਬਾਈਲ ਹੀ ਨਹੀਂ ਤਾਂ ਡਾਇਰੈਕਟ ਕੈਮਰਾ ਤੋਂ ਚੈੱਕ ਕੇ ਮਗਰ ਪਿਕਸਲ ਠੀਕ ਹੋਣਾ ਚਾਹੀਦਾ ਪਿਕਸਲ ਠੀਕ ਰਿਜ਼ਲਟ ਅੱਛਾ ਹੋਣਾ ਚਾਹੀਦਾ ਜਿਸ ਨਾਲ ਕਿ ਆਰ ਇਨ ਸਭ ਵਾਦੇ ਨਜ਼ਰ ਆਵੇ ਬਿਲਕੁਲ 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 ਮੇਰੇ ਕੋਲ ਚੈੱਕ ਪਹਿਲੇ ਵਜਨ ਮੈਂ ਪਹਿਲੇ ਲਾ ਲਈਏ ਜਾਂ ਹੁਣ ਡਾਇਰੈਕਟ ਬਣਾ ਲਈਏ ਪਹਿਲੇ ਜਿਹੜੇ ਵਜਨ ਤੂੰ ਯੂਜ਼ ਕਰ ਮਤਲਬ ਤੁਸੀਂ ਜਿਹੜੇ ਜਿਸ ਤੇ ਆਪਸ਼ਨ ਦੇ ਸਨ ਉਥਾਂ ਡਾਇਰੈਕਟ ਕੈਮਰੇ ਤੋਂ ਛੇਕ ਕੇ ਲਾ ਸਕਦੇ ਹੋ ਜੇ ਤੁਹਾਡੇ ਕੋਲ ਪੁਰਾਣੇ ਬੰਦੇ ਜਿਸ ਬੰਦੇ ਦੀ ਲਾਉਣੀ ਆਈ ਡੀ ਲਾਉਣੀ ਉਸੇ ਬੰਦੇ ਯੂਜ਼ ਕਰਨਾ ਉਹ ਲੱਗ ਜਾਸੀ ਇਨਸ਼ਾਅੱਲਾ ਦੌੜਾ ਪੱਟੀਆ ਅਵਲ ਸਾਡੇ ਕੋਲ ਵਧਣ ਇਸ ਤੋਂ ਲਾ ਕੇ ਦਿੰਦੇ ਮੇਰਾ ਇੱਕ ਫਰੰਟ ਲੱਗ ਗਿਆ ਇਹ ਫਰੰਟ ਦਾ ਸਾਡਾ ਲੱਗ ਗਿਆ ਤੇ ਆ ਇਹ ਬੈਕ ਦਾ ਇੱਥੇ ਸਾ ਕਰਦੇ ਹੁਣ ਨੈਕਸਟ ਕਰਨੇ ਜੇ ਸਾਡੇ ਯੂਜ਼ ਕਰਨੇ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਦੁਬਾਰਾ ਕਰੋ ਦੁਬਾਰਾ ਚੈੱਕ ਲਾ ਹੋ ਗਿਆ ਅੱਛਾ ਇਹ ਇਥੋਂ ਮੇਨ ਮਸਲਾ ਤੁਹਾਡਾ ਇੱਥੇ ਆ ਜਾਂਦਾ ਕਿਉਂਕਿ ਤੁਸੀਂ ਪਿੱਛੇ ਤੋਂ ਸਾਰਾ ਕਰ ਲੈਂਦੇ ਹੋ ਤੁਸੀਂ ਆਂਦੇ ਸਾਡੀ ਹੁਣ ਲਾਈਵ ਪੇਜ ਵੈਰੀਫਿਕੇਸ਼ਨ ਕਲੀਅਰ ਨਹੀਂ ਹੁੰਦੀ ਸ਼ੋ ਨਹੀਂ ਹੁੰਦੀ ਉਥਾਂ ਹੀ ਪੈਂਡਿੰਗ ਖਜਰ ਆ ਜਾਂਦੀ ਹੈ ਇੱਥੇ ਆਉਂਦਾ ਸਾਡੇ ਕੋਲ ਮੇਨ ਅਸੀਂ ਤੁਹਾਨੂੰ ਦੁਬਾਰਾ ਲਾ ਕੇ ਵਿਖਾ ਰਹੇ ਸਾਂ ਜਿਹੜਾ ਯਾਨੀ ਕਿ ਕੋਡ ਯੂਜ਼ ਕਰਨਾ ਇਹਦੇ 'ਚ ਆ ਗਿਆ ਆਪਣਾ ਤੀਸਰੀ ਲਾਈਨ ਦੇ ਡਾਟ ਬਣੇ ਹੋਣ ਨਾ ਫੋਟੋ ਆਪਣਾ ਅਪਲੋਡ ਫੋਟੋ ਤੋਂ ਉਤਰੀ ਲਾਈਨ 'ਚ ਐਂਡ 'ਤੇ ਲਿਖਿਆ ਹੋਇਆ ਕੋਡ ਹੋਲਡ ਏ ਪੀਸ ਆਫ ਪੇਪਰ ਵਿਦ ਦਾ ਕੋਡ ਉਹ ਆਉਂਦਾ ਯਾਨੀ ਕਿ ਜਿਹੜਾ ਨਾ ਕੋਡ ਇਹ ਪੇਪਰ ਦੇ ਆਪਣਾ ਕਾਗਜ਼ ਦੇ ਪੀਸ 'ਤੇ ਲਿਖ ਕੇ ਅਤੇ ਸਾਨੂੰ ਸੈਂਡ ਕਰੋ ਆਈ ਡੀ ਕਾਰਡ ਮਤਲਬ ਹੈ ਕਿ ਉਹਨਾਂ ਇਸ਼ਾਰਾ ਐਂ ਦਾ ਦਿੱਤਾ ਹੋਇਆ ਜਿਹੜਾ ਉਹ ਤੁਸੀਂ ਆਪਦਾ ਸ਼ਨਾਖਤੀ ਕਾਰਡ ਲੈ ਕੇ ਜਿਹੜਾ ਮਤਲਬ ਵਿੱਚ ਦਿੱਤਾ ਅਤੇ ਕੋ ਪਿੰਨ ਦੇ ਸਨ ਕੋਡ ਦੇ ਸਨ ਉਹ ਇੱਥੇ ਮੋਟਾ ਕਰਕੇ ਲਿਖ ਕੇ ਸ਼ਨਾਖਤੀ ਕਾਰਡ ਨਾਲ ਫਾਦ ਕੇ ਅਤੇ ਇੱਥੇ ਹੀ ਫੋਟੋ ਲੈਣਾ ਅਸੀਂ ਤੁਹਾਨੂੰ ਹੁਣੇ ਲੈ ਕੇ ਮਤਲਬ ਕਲੀਅਰ ਕਰਕੇ ਤੁਹਾਨੂੰ ਸਾਰਾ ਵਿਖਾਈਨੇ ਹਾਂ ਐਸਾ ਫਿਲਹਾਲ ਪੈਨ ਲਿਖ ਰਹੇ ਹਾਂ ਕੋਡ ਵਗੈਰਾ ਐਫ ਜ਼ੈਡ ਸਕਰੀਨ ਤੁਸੀਂ ਮੇਰੇ ਪਾਸ ਲਿਖੇ ਹੋ ਸੀ ਐਫ ਜ਼ੈਡ ਐਨ ਯੂ ਐਸ ਓ ਅਸੀਂ ਲਿਖ ਲਿਆ ਹਾਂ ਇਹ ਲਿਖਣ ਤੋਂ ਬਾਅਦ ਅਸਾਂ ਅਸੀਂ ਜਿਹੜਾ ਇਹ ਸ਼ਨਾਖਤੀ ਕਾਰਡ ਲਾਇਆ ਅਸੀਂ ਉਹ ਆਪਦਾ ਸ਼ਨਾਖਤੀ ਕਾਰਡ ਯੂਜ਼ ਕਰਨਾ ਕਿਉਂਕਿ ਏਜ ਵੀ ਕਰੇ ਵੈਰੀਫਿਕੇਸ਼ਨ ਉਸੇ 'ਤੇ ਆਉਂਦੀ ਪਈ ਉਸੇ ਸ਼ਨਾਖਤੀ ਕਾਰਡ ਦੀ ਲੋੜ ਇਹ ਇੱਥੇ ਅਸੀਂ ਮਤਲਬ ਕਿ ਤੁਸੀਂ ਪੈਨ ਸਕਰੀਨ 'ਤੇ ਵੇਖਦੇ ਉਹ ਪੈਨ ਦਿੱਤਾ ਪਹਿਲੀ ਸਾਈਡ 'ਤੇ ਇਹ ਅਸੀਂ ਉਹ ਲਿਖ ਲਿਆ ਉਹ ਮੋਟਾ ਕਰਕੇ ਬਈ ਸਕਰੀਨ 'ਤੇ ਉਹਨਾਂ ਨੂੰ ਸ਼ੋ ਹੋਵੇ ਅਤੇ ਸਾਰਿਆਂ ਨੂੰ ਮਤਲਬ ਕਿ ਜਿਵੇਂ ਹੁੰਦਾ ਅਤੇ ਇਹ ਸ਼ਨਾਖਤੀ ਕਾਰਡ ਸ਼ਵਾਗ ਮਤਲਬ ਆਪਦਾ ਕੱਢ ਲਿਆ ਇਹ ਸ਼ਨਾਖਤੀ ਕਾਰਡ ਨਾਲ ਅਸੀਂ ਅਤੇ ਹੁਣ ਫੋਟੋ ਮੇਰੇ ਦਾ ਲੈਣਾ ਇੱਥਾਂ ਹੀ ਤੁਸੀਂ ਵੇਖਦੇ ਰਹੋ ਇੱਥੇ ਅਸਾਂ ਆਪਣਾ ਡਾਟ 'ਤੇ ਯਾਨੀ ਕਿ ਅਪਲੋਡ ਫੋਟੋ ਕਰਨਾ ਟੇਕ ਫੋਟੋ ਸਾਡੇ ਕੋਲ ਕਿਉਂਕਿ ਪਹਿਲਾਂ ਫੋਟੋ ਲਿਆ ਹੋਇਆ ਕੋਈ ਨਹੀਂ ਹਾਂ ਇਹਨੂੰ ਰੱਖਣਾ ਇਸ ਜਗ੍ਹਾ 'ਤੇ ਆਏ ਹੱਥ ਆਪਣਾ ਨੁੱਕਰ 'ਤੇ ਹੋਏ ਸਾਈਡ 'ਤੇ ਕਿਉਂਕਿ ਸ਼ਨਾਖਤੀ ਕਾਰਡ ਵਾਜ ਨਜ਼ਰ ਆਵੇ ਅਤੇ ਕੋਡ ਵੀ ਬਿਲਕੁਲ ਵਾਜ ਨਜ਼ਰ ਆਵੇ ਅਤੇ ਹੁਣ ਫੋਟੋ ਐਂ ਲੈਣਾ ਐਂ ਲੈਣਾ ਇਸੇ ਦਾ ਫੋਟੋ ਲਾਇਆ ਹਾਂ ਇੱਥਾਂ ਹੀ ਮਤਲਬ ਕਿ ਮੈਂ ਲਗਾ ਜਾਂਦਾ ਮੈਂ ਫੋਟੋ ਛੇਕਣ ਤੁਸੀਂ ਦੇਖ ਲਓ ਸਾਡੇ ਕੋਲ ਯਾਰ ਨਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਾਡਾ ਇਸ ਇਲਾਕੇ ਇਸ਼ੂ ਆਉਂਦਾ ਪਿਆ ਨੈਟ ਦਾ ਸਿਰਫ ਸਰਵਿਸ ਦਾ ਤਾਂ ਬਹੁਤ ਤੰਗ ਹੋਇਆ ਪਿਆ ਬਹੁਤ ਤੰਗ ਮੈਂ ਵਲੋਗ ਬਣਾਇਆ ਹੀ ਥਾਂ ਇਹ ਵਲੋਗ ਇਸ ਤੋਂ ਪਹਿਲਾਂ ਵਲੋਗ ਸ਼ੂਟ ਕੀਤਾ ਉਹਦੇ ਵਿੱਚ ਮੈਂ ਦੱਸਿਆ ਮੈਂ ਕਿਵੇਂ ਆਇਆ ਅਸੀਂ ਕਿਵੇਂ ਸ਼ੂਟਿੰਗ ਕਰਨ ਆਉਂਦੇ ਪਏ ਹਾਂ ਅਤੇ ਕਿਵੇਂ ਮਤਲਬ ਕਿ ਅਸੀਂ ਸਰਵਿਸ ਬਣਾਈ ਉਹ ਤੁਹਾਨੂੰ ਮੈਂ ਸਾਰਾ ਵਲੋਗ ਦੇ ਇਸ ਵੀਡੀਓ ਤੋਂ ਪਹਿਲੇ ਉਹ ਵਲੋਗ ਉੱਪਰ ਅਪਲੋਡ ਹੋਇਆ ਪਿਆ ਉਹ ਵੇਖੋ ਯਾਰ ਬੜਾ VIP ਵਲੋਗ ਅਸੀਂ ਅਖੀਰ ਦਾ ਵਲੋਗ ਅਸੀਂ ਚੈੱਕ ਕਰਿਆ ਨਿੱਕਾ ਮੋਟਾ ਜਿਹਾ ਆਈਆਂ ਸਿਰਫ ਇਸੇ ਵੀਡੀਓ ਦੀ ਸ਼ੂਟਿੰਗ ਦੀ ਥੋੜ੍ਹੀ ਤਿਆਰੀ ਹੈ ਵਧਿਆ ਸੀ ਮੈਂ ਕਿਹਾ ਨਾਲ ਯਾਰ ਵਲੋਗ ਸ਼ੂਟ ਕਰ ਲਿਓ ਟਿਕਟੋਕ 'ਤੇ ਹੀ ਹੋ ਸੀ ਮੇਰੀ 'ਤੇ ਅਤੇ ਇਨਸ਼ਾਅੱਲਾ ਯੂਟਿਊਬ 'ਤੇ ਹੀ ਹੋ ਸੀ ਵਿਲ ਹੈਵ ਡੈਂਕ ਸਟੈਂਡ ਯੂਅਰ ਇਨਫੋਰਮੇਸ਼ਨ ਪੜੇ ਹੋਏ ਬਹੁਤ ਢੇਰ ਸਾਰਾ ਜਲਦੀ ਕਰ ਜਲਦੀ ਕਰ ਸਰਚਿੰਗ ਕਰ ਰਿਹਾ ਸਰਚਿੰਗ
ਲਵ ਯੂ ਯਾਰ, ਥੈਂਕ ਯੂ ਸਾਡੀ ਵੀਡੀਓ ਵੇਖਣ ਵਾਸਤੇ।